ਇਸ ਚੱਲੇ ਝੋਨਾ ਲਾਇਆ ਜੀ ਤੇ ਜੋ ਇਹਦਾ ਹੈਗਾ ਸੀ ਟਾਈਮ ਉਸੇ ਹਿਸਾਬ ਨਾਲ ਅਸੀਂ ਪਨੀਰੀ ਬੀਜੀ ਆ ਇੱਕ ਮਹੀਨੇ ਦੀ ਪਨੀਰੀ ਬੱਤੀਆਂ ਦਿਨਾਂ ਦੇ ਅਸੀਂ ਲਾਤੀ ਆ ਤੇ ਪੰਤਾਲੀਆਂ ਦਿਨਾਂ ਦੇ ਵਿੱਚ ਹੀ ਇਹ ਨਿਸਰਨਾ ਸ਼ੁਰੂ ਹੋ ਗਿਆ ਤੇ ਤੁਹਾਡੇ ਸਾਹਮਣੇ ਤੁਸੀਂ ਆ ਵੇਖ ਸਕਦੇ ਆਪ ਜੀ ਹਾਂਜੀ ਹਾਂ ਬੀ 110 ਸੁਪਰੀਮ ਦਾ ਅਸੀਂ ਲਿਆਂਦਾ ਸੀ ਦੁਕਾਨ ਤੋਂ ਉਹਨਾਂ ਗਰੰਟੀ ਦਿੱਤੀ ਪੱਕਾ ਬਿੱਲ ਵੀ ਦਿੱਤਾ ਵਾ ਵੀ ਜਾ ਕੇ ਤੁਸੀਂ ਬੀਜੋ ਸਰ ਤੁਹਾਡੀ ਸਾਰੀ ਅਸੀਂ ਜ਼ਿੰਮੇਵਾਰੀ ਹੋ ਗਈ ਕੋਈ ਗੱਲ ਨਹੀਂ ਗੀ ਹੁਣ ਉਹ ਕਹਿੰਦੇ ਆ ਜੀ ਇਹ 90 ਦਿਨਾਂ ਦੀ ਵਰਾਇਟੀ ਹੈ 90 ਦਿਨਾਂ 'ਚ ਪੱਕਣੀ ਆ ਵਿਧਾਨ ਸਭਾ ਹਲਕਾ ਪੱਟੀ ਪਿੰਡ ਪਰਾਗਪੁਰ ਜਿੱਥੇ ਕਿ ਕਿਸਾਨ ਰਾਜਵਿੰਦਰ ਸਿੰਘ ਵੱਲੋਂ ਜਿਹੜਾ ਕਿ ਲੁਧਿਆਣੇ ਵਿੱਚੋਂ ਝੋਨੇ ਵਾਸਤੇ ਆਪਣਾ ਬੀਜ ਲਿਆਂਦਾ ਗਿਆ ਸੀ ਤਾਂ ਵੇਖਣ ਨੂੰ ਮਿਲਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਸਭ ਤੋਂ ਪਹਿਲਾਂ ਜਿਹੜਾ ਇਹ ਨਿਸਰ ਗਿਆ ਤੇ ਸਾਡਾ ਜਿਹੜਾ ਵਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਸਵੀਰਾਂ ਜੀ ਜ਼ਰੀਏ ਅਸੀਂ ਦਿਖਾਵਾਂਗੇ ਤੁਸੀਂ ਅਫਸਰ ਵੇਖ ਸਕਦੇ ਜੋ ਕਿ ਖੇਤੀਬਾੜੀ ਮਹਿਕਮੇ ਦੇ ਅਫਸਰ ਜਿਹੜੇ ਨੇ ਕਿਸਾਨ ਨੇ ਮੰਗ ਕੀਤੀ ਤਾਂ ਪਹੁੰਚੇ ਨੇ ਤੇ ਇਹ ਬਹੁਤ ਵਧੀਆ ਹੈ ਕਿ ਇੱਕ ਹੀ ਫੋਨ ਕੀਤਾ ਤਾਂ ਉਸੇ ਵੇਲੇ ਅਫਸਰ ਮੌਕੇ ਤੇ ਆ ਕੇ ਤੇ ਉਹਨਾਂ ਦਾ ਜਿਹੜੀ ਖੇਤਾਂ ਵਿੱਚ ਜਿਹੜੀ ਲੱਗੀ ਝੋਨਾ ਵਾ ਉਸ ਦਾ ਜਾਇਜ਼ਾ ਲੈ ਰਹੇ ਨੇ ਔਰ ਅਸੀਂ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਜਿਹੜੀਆਂ ਕਿ ਜਿਹੜਾ ਝੋਨਾ ਵਾ ਤੁਸੀਂ ਵੇਖ ਸਕਦੇ ਜੋ ਕਿ ਪਹਿਲਾਂ ਹੀ ਨਿਤਰਨਾ ਜਿਹੜਾ ਵਾ ਸ਼ੁਰੂ ਹੋ ਚੁੱਕਾ ਆ ਵਾ ਤੇ ਆ ਵੇਖ ਸਕਦੇ ਜੋ ਜਿਸ ਤਰ੍ਹਾਂ ਕਿਸਾਨ ਦਿਖਾ ਰਿਹਾ ਵਾ ਕਿ ਇਹ ਹੈ ਜਿਸ ਤਰ੍ਹਾਂ ਕਿ ਅਜੇ ਟਾਈਮ ਸੀ ਟਾਈਮ ਪੀਰੀਅਡ ਤੋਂ ਪਹਿਲਾਂ ਹੀ ਆ ਦੇਖ ਸਕਦੇ ਜੋ ਝੋਨਾ ਨਿਸਰਨਾ ਸ਼ੁਰੂ ਹੋਇਆ ਉਹਨਾਂ ਦਾ ਮੰਨਣਾ ਕਿ ਸਾਡੇ ਨਾਲ ਇਹ ਬਹੁਤ ਵੱਡਾ ਜਿਹੜਾ ਵਾ ਧੋਖਾ ਹੋਇਆ ਹੈ ਔਰ ਕਿਸਾਨ ਜਿਹੜੇ ਇਸ ਵਾਰ ਵੇਖਣ ਨੂੰ ਮਿਲਦਾ ਹੜ੍ਹ ਦੀ ਮਾਰ ਦੇ ਕਾਰਨ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਔਰ ਇਸ ਦੇ ਨਾਲ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਜੋ ਵੀ ਸਾਡਾ ਜਿਹੜਾ ਨੁਕਸਾਨ ਹੈ ਉਸ ਦੀ ਭਰਪਾਈ ਹੋਣੀ ਚਾਹੀਦੀ ਹੈ ਔਰ ਦੂਜਿਆਂ ਕਿਸਾਨਾਂ ਨੂੰ ਵੀ ਉਹ ਦੱਸਣ ਦੇ ਨੇ ਕਿ ਇਸ ਦੁਕਾਨ ਦੇ ਉੱਤੇ ਕਾਰਵਾਈ ਹੋਵੇ ਤਾਂ ਕਿ ਦੂਸਰੇ ਵੀ ਬਚ ਜਾਣ ਸਾਡੇ ਨਾਲ ਹੈਗੇ ਨੇ ਕੀ ਨਾਂ ਜੀ ਤੁਹਾਡਾ ਰਾਜਵਿੰਦਰ ਸਿੰਘ ਪਰਾਗਪੁਰਾ ਜੀ ਕਿੰਨੇ ਕਿੱਲੇ ਤੁਸੀਂ ਲਾਇਆ ਤੇ ਕੀ ਇੱਥੇ ਬਣ ਗਿਆ ਇਹ 10 ਕਿੱਲੇ ਝੋਨਾ ਲਾਇਆ ਜੀ ਤੇ ਜੋ ਇਹਦਾ ਹੈਗਾ ਸੀ ਟਾਈਮ ਉਸੇ ਹਿਸਾਬ ਨਾਲ ਅਸੀਂ ਪਨੀਰੀ ਬੀਜੀ ਆ ਇੱਕ ਮਹੀਨੇ ਦੀ ਪਨੀਰੀ ਬੱਤੀਆਂ ਦਿਨਾਂ ਦੇ ਅਸੀਂ ਲਾਤੀ ਆ 20 ਤਰੀਕ ਨੂੰ ਅਸੀਂ ਝੋਨਾ ਜਿਹੜਾ ਪਨੀਰੀ ਪੁੱਟ ਕੇ ਤੇ ਲਾਤਾ ਵਾ ਤੇ 45 ਦਿਨਾਂ ਦੇ ਵਿੱਚ ਹੀ ਇਹ ਨਿਸਰਨਾ ਸ਼ੁਰੂ ਹੋ ਗਿਆ ਤੇ ਤੁਹਾਡੇ ਸਾਹਮਣੇ ਤੁਸੀਂ ਆ ਵੇਖ ਸਕਦੇ ਆਪ ਜੀ ਕਿੰਨੇ ਚਿਰ ਚ ਨਿਸਰਨਾ ਚਾਹੀਦਾ ਸੀ ਇਹ 17 ਦਿਨਾਂ ਦੇ ਵਿੱਚ ਨਿਸਰਨਾ ਚਾਹੀਦਾ ਸੀ ਤੇ ਜਿਹੜਾ ਇਹ 25 ਦਿਨ ਪਹਿਲਾਂ ਹੀ ਨਿਸਰ ਗਿਆ ਹੈ 30 ਦਿਨ ਕੀ ਪ੍ਰੋਬਲਮ ਕੀ ਬਣੀ ਹੈ ਕਿ ਤੁਹਾਨੂੰ ਬੀਜ ਸਹੀ ਨਹੀਂ ਮਿਲਿਆ ਕੀ ਹੋਇਆ ਹਾਂਜੀ ਹਾਂ ਬੀਜ 110 ਸੁਪਰੀਮ ਦਾ ਅਸੀਂ ਲਿਆਂਦਾ ਸੀ ਦੁਕਾਨ ਤੋਂ ਉਹਨਾਂ ਗਰੰਟੀ ਦਿੱਤੀ ਪੱਕਾ ਬਿੱਲ ਵੀ ਦਿੱਤਾ ਵਾ ਵੀ ਜਾ ਕੇ ਤੁਸੀਂ ਬੀਜੋ ਸਰ ਤੁਹਾਡੀ ਸਾਰੀ ਅਸੀਂ ਜ਼ਿੰਮੇਵਾਰੀ ਹੋ ਗਈ ਕੋਈ ਗੱਲ ਨਹੀਂ ਗੀ ਹੁਣ ਉਹ ਕਹਿੰਦੇ ਆ ਜੀ ਇਹ 90 ਦਿਨਾਂ ਦੀ ਵਰਾਇਟੀ ਹੈ 90 ਦਿਨਾਂ 'ਚ ਪੱਕਣੀ ਆ ਤੇ ਅਸੀਂ ਕੁਛ ਨਹੀਂ ਕਰ ਸਕਦੇ ਜੀ ਅੱਗੋਂ ਸਾਨੂੰ ਇਸ ਤਰ੍ਹਾਂ ਜਵਾਬ ਦਿੰਦੇ ਆ ਤੁਹਾਡੇ ਨਾਲ ਕੀ ਹੈ ਧੋਖਾ ਹੋਇਆ ਵਾ ਹਾਂਜੀ ਹਾਂ ਧੋਖਾ ਬਹੁਤ ਵੱਡਾ ਧੋਖਾ ਹੈ ਤੁਹਾਡੇ ਸਾਹਮਣੇ ਆ ਤੇ ਇਹਨੂੰ ਅਸੀਂ ਕੀ ਕਰਾਂਗੇ ਨਾ ਤੇ ਖਰੀਦ ਦੇ ਵਿੱਚ ਆਉਣਾ ਵਾ ਤੇ ਇਹਨੂੰ ਨਾ ਇਹਨੂੰ ਵੱਢਣ ਨੂੰ ਰਾਹ ਹੀ ਆ ਸੁਪਰੀਮ ਦੇ ਹਿਸਾਬ ਨਾਲ ਹੀ ਵਰਾਇਟੀ ਦੇ ਹਿਸਾਬ ਨਾਲ 17 ਦਿਨ ਦੇ ਹਿਸਾਬ ਨਾਲ ਝੋਨਾ ਅਗਲੇ ਮਹੀਨੇ ਬੀਜ ਬੈਠੇ ਆ ਤੇ ਪਿਛਲੇ ਮਹੀਨੇ ਜੇ ਝੋਨਾ ਨਿਸਰਨਾ ਨਹੀਂ ਕਿਸੇ ਦੀ ਪੈਲੀ ਉਹ ਸਾਨੂੰ ਲੰਘਣ ਨਹੀਂ ਦਊਗਾ ਜਿਹੜੇ ਸਰਕਾਰੀ ਮਹਿਕਮੇ ਕਹਿ ਰਹੇ ਨੇ ਕਿ ਅਸੀਂ ਇਹਦੀ ਰਿਸਪੋਨਸਿਬਿਲਟੀ ਨਹੀਂ ਲੈਂਦੇ ਕਿਉਂਕਿ ਤੁਸੀਂ ਆਪ ਇਹ ਕੀਤਾ ਆਪਣਾ ਜ਼ਿਲ੍ਹਾ ਵੀ ਛੱਡ ਕੇ ਗਏ ਹਾਂਜੀ ਹਾਂ ਉਹ ਤੇ ਚਲੋ ਵੀ ਸਾਰੇ ਐਤਕੀ ਪੰਜਾਬ ਦੇ ਵਿੱਚ ਹੀ 100 ਸੁਪਰੀਮ ਝੋਨਾ ਬਹੁਤ ਜ਼ਿਆਦਾ ਲੱਗਾ ਵਾ ਐਤਕੀ ਹੈ ਹਾਂਜੀ 110 ਆ ਤੇ ਤਾਂ ਕਰਕੇ ਫਿਰ ਅਸੀਂ ਵੀ ਲਾਇਆ ਪਿਛਲੇ ਸਾਲ ਵੀ ਲਾਇਆ ਪਿਛਲੇ ਸਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਐਰਕੀ ਆ ਗਈ ਹੈ ਅਸੀਂ ਮੰਗ ਕਰਦੇ ਹਾਂ ਦੁਕਾਨ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਭਰਨਾ ਚਾਹੀਦਾ ਸਾਨੂੰ ਇਹ ਸਾਡੇ ਨਾਲ ਹੋਰ ਵੀ ਕਿਸਾਨ ਨੇ ਕੀ ਨਾਂ ਜੀ ਤੁਹਾਡਾ ਨਾਮ ਮਨਪ੍ਰੀਤ ਸਿੰਘ ਪਿੰਡ ਪਰਾਗਪੁਰਾ ਤੇ ਕੀ ਮਸਲਾ ਇੱਥੇ 10 ਕਿੱਲੇ ਪੈ ਰਹੀ ਦੇ ਝੋਨਾ ਲਾਇਆ ਮਸਲਾ ਇਹ ਆ ਵੀ ਇਹ ਝੋਨਾ 110 ਲਿਆਂਦਾ ਸੀ ਉੱਥੇ ਲੁਧਿਆਣਿਓ ਗੇਟ ਨੰਬਰ 2 ਤੋਂ ਤੇ ਇਹ ਟਾਈਮ ਤੋਂ ਪਹਿਲਾਂ ਨਿਸਰਾਇਆ 45 ਦਿਨਾਂ ਦਾ ਨਿਸਰਾਇਆ ਤੇ ਇਹ ਸਾਰਾ ਇਹ ਝੋਨਾ ਖਰਾਬ ਹੋ ਚੁੱਕਾ ਇਹਦੀ ਹੁਣ ਮੰਗ ਚਾਹੀਦੀ ਹੈ ਵੀ ਇਨਸਾਫ ਮਿਲਣਾ ਚਾਹੀਦਾ ਦੁਕਾਨ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਦੂਸਰਾ ਝੋਨਾ ਲੱਗਾ ਝੋਨਾ 110 ਉਹ ਅਜੇ ਕੋਈ ਨਹੀਂ ਨਿਸਰਿਆ ਲਾਗੇ ਸਾਰਿਆਂ ਨੇ ਲਾਇਆ ਸਾਰੇ ਕਿਸਾਨਾਂ ਲਾਇਆ ਸਾਰੇ ਪਿੰਡ ਵਾਲਿਆਂ ਲਾਇਆ ਕਿਸੇ ਦਾ ਨਹੀਂ ਅਜੇ ਕੋਈ ਨਿਸਰਿਆ ਬੂਟਾ ਇਹ ਸਾਰਾ ਹੀ ਨਿਸਰਾਇਆ ਤੁਹਾਡੀ ਆਪਣੀ ਪਹਿਲੀ ਠੇਕੇ ਤੇ ਇਹ ਪਹਿਲੀ ਠੇਕੇ ਤੇ ਆ 60,000 ਨੂੰ ਕਿੱਲਾ ਲਿਆ ਠੇਕੇ ਤੇ ਕਿੰਨਾ ਕੁ ਨਿਸਰਿਆ ਵਾ ਇਹ ਤੁਹਾਡੇ ਸਾਹਮਣੇ ਆ ਸਾਰਾ ਨਿਕਲਦਾ ਆਉਂਦਾ ਸਾਰਾ ਗੋਬ ਦੇ ਵਿੱਚ ਆ ਗਿਆ ਥੱਲਿਓ ਬੂਟੇ ਆ ਇਹ ਹੋਣਾ ਨਹੀਂ ਚਾਹੀਦਾ ਇਹ ਹੁਣ ਲਾਗੇ ਕਿੱਲੇ ਨਾ ਕਿੱਲੇ ਲੱਗੇ ਆ ਤੇ ਉਹ ਨਿਸਰੇ ਨਹੀਂ ਆ ਜ਼ਿਆਦਾ ਫਿਰ ਉਹ ਵੀ ਨਿਸਰਦੇ ਫਿਰ ਤੇ 110 ਚ ਹੁੰਦਾ ਵੀ ਇਹ 20 ਸਹੀ ਆ ਇਹ 20 ਨਹੀਂ ਸਹੀ ਮੰਗ ਇਹ ਆ ਵੀ ਦੁਕਾਨ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਆ ਸੋ ਅਫਸਰ ਵੀ ਜਿਹੜੇ ਆ ਉਹ ਵੀ ਇੱਥੇ ਆਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਰੇ ਦੱਸਣ ਦੇ ਕਿ ਜਿਹੜਾ ਬੀ ਐਸ ਸਹੀ ਨਹੀਂ ਆ ਤੇ ਸਾਫ਼ ਨਜ਼ਰ ਆ ਰਿਹਾ ਨਿਸਰ ਗਿਆ ਵਾ ਕੀ ਲੱਗ ਰਿਹਾ ਤੁਹਾਨੂੰ ਇਹ ਬਿਲਕੁਲ ਠੀਕ ਕਹਿ ਰਹੇ ਨੇ ਹਾਂਜੀ ਹਾਂਜੀ ਬੀ ਤੇ ਝੋਨਾ ਨਾ ਗੋਬ ਭਰ ਰਿਹਾ ਵਾ ਨਿਸਰ ਰਿਹਾ
थोड़ा थोड़ा टाइम तो पहला नुकसान तो हैगा है ते एदी चलो जिहड़ी भी जांच हो के सारा करके जिहड़ा ना डीलर के खिलाफ कार्रवाई की जाऊगी उहदा बिल भी चलो इन्हां ने लिया वा। एक किसान राजविंदर सिंह मैनूं पहलां तो ही जानते मेरी ड्यूटी विचों बदल गई हुण ते मैं इत्थे 15 दिन तो आया वा ते पहलां तो ही मैनूं जानते जद के चलो बीज की खरीद 3 महीने पहलां लगभग की गई आ पनीर बीजन वेले ते मैं तो इत्थे चलो हुण थोड़े दिनों तो ही मेरी इत्थे बदली हुई आ बाकी इन्हां दा नुकसान हैगा वा। मतलब पूरा इन्हें ना तो फटारा मारिया वा ते मतलब हुण तो ही जिहड़ा गोह भारा ही मुंजर निकलनी शुरू होगी विरला जिहा बी पाऊगा दाणा पाऊगा घट पाऊगा झाड़ ते भी असर पाऊगा कारवाई होगी कारवाई इहदे डीलर दे खिलाफ जो भी आ कानूनी सख्त कारवाई की जाऊगी ओहदा दोष साबित होंदे साडे अफसर ब्लाक अफसर भी सारा ही वेखणगे चीफ साहब भी वेखणगे ठीक है ना क्योंकि बी इन्हां दूजे जिले लुधियाने तो लिया आया वा ते फिर भी जिहड़ा इन्हां दी पूरी मदद की जाऊगी अहीं इन्हां दे नाल मैनूं पहलां तो ही जिहड़े किसान ने चंगी तरह जानदे आ। तो ये सन खेतीबाड़ी महकमे अफसर जिहड़े मुंचे ने और किसान की मदद जिहड़ी आ उन्हां दा मन्ना की जाऊगी और देख भी रहा वा कि मुंजर जिहड़े निकल आए ने साफ नज़र आ रहे ने उस दे नाल ही लगा झोना दूसरा तुसीं वेख सकदे जो कि किसी तरह का कोई भी मुंजर जिहड़ा वा नहीं निकलिया क्योंकि जदों तक ये चलेगा बनेगा ये कटेगा उस तो बाद जिहड़ी इहदी कटाई होनी है पर उस तो पहलों ही जिहड़ा वेखण नूं मिल रहा कि किसान का जिहड़ा वा सब तो वड्डा नुकसान जिहड़ा वा साफ नज़र आ रहा वा। कार्रवाई की मांग की जा रही है वेखना होगा कि सरकारी अधिकारी किसान नूं कितनी जल्दी जिहड़ा वा इंसाफ दे पाउंदे ने। विजय कुमार जगबानी टीवी तरन तारण।